2006 तो 7 ਦੇ ਵਿੱਚ ਬਣੇ 2000 ਮਤਲਬ ਕੈਪਟਨ ਵਾਲੀ ਸਰਕਾਰ ਚ ਬਣੇ ਮੈਂ ਐਗਜ਼ੈਕਟ ਡੇਟ ਨਹੀਂ ਦੱਸ ਸਕਦਾ ਇਹਦੀ ਉਦੋਂ ਜ਼ਿਆਦਾ ਬਣੇ ਜਦੋਂ ਜਨਾਬ ਪੀਡਬਲਯੂਡੀ ਮਿਨਿਸਟਰ ਸੀ ਬਾਜਵਾ ਸਾਹਿਬ ਸਭ ਤੋਂ ਪਹਿਲਾਂ ਇਹਨਾਂ ਨੇ ਆਪਣੇ ਜਿਹੜੇ ਆਪਦੇ ਇਲਾਕੇ ਦੇ ਲੋਕਾਂ ਦੇ ਜਿਨ੍ਹਾਂ ਨੇ ਵੋਟਾਂ ਵੋਟਾਂ ਪਾ ਕੇ ਜਿਤਾਇਆ ਸਭ ਤੋਂ ਪਹਿਲਾਂ ਤੋਹਫਾ ਉਹਨੇ ਨੇ ਉਹਨਾਂ ਨੂੰ ਦਿੱਤਾ ਜੀਰ ਆਪਣੇ ਇੱਥੋਂ ਕੁਰਾਲੀ ਤੋਂ ਲੈ ਕੇ ਦਸੂਏ ਤੱਕ 4-5 ਟੋਲ ਪਲਾਜ਼ੇ ਜੇ ਸਵਿਫਟ ਕਾਰ 'ਤੇ ਆਉਂਦੇ ਹੋ 600 ਰੁਪਏ ਦੀ ਤੇਲ ਲੱਗਦਾ ਚੰਡੀਗੜ੍ਹ 600 ਰੁਪਏ ਉਹ ਲੱਗਦਾ ਟੋਲ ਪਲਾਜ਼ਾ ਔਰ 25-25 ਸਾਲ ਦੀ ਐਗਰੀਮੈਂਟ ਕਰ ਲਏ ਜਨਾਬ ਜਦੋਂ ਅਸੀਂ ਐਗਰੀਮੈਂਟ ਪੜ੍ਹੇ ਇਹ ਤਾਂ ਐਗਰੀਮੈਂਟ ਇੰਨੇ ਬ੍ਰੀਚਸ ਨੇ ਐਗਰੀਮੈਂਟ 'ਚ ਕਿ ਇਹ ਤਾਂ 2012 'ਚ ਬੰਦ ਹੋ ਸਕਦਾ ਸੀ ਇਹ 2018 'ਚ ਬੰਦ ਹੋ ਸਕਦਾ ਸੀ ਸਾਨੂੰ ਫਿਰ ਆਇਆ ਉਹਨਾਂ ਦਾ ਕਿ ਸਾਡੇ ਜੀ ਇਹ ਜਿਹੜੇ ਟੋਲ ਪਲਾਜ਼ੇ ਵਾਲੇ ਨਾ ਇਹ ਬਹੁਤ ਇਸ ਗੱਲੋਂ ਤੇਜ਼ ਨੇ ਇਹ ਐਂ ਨਹੀਂ ਕਹਿੰਦੇ ਸਾਡਾ 1.5 ਸਾਲ ਵਧਾ ਦਿਓ ਜੀ ਇਹ ਕਹਿੰਦੇ ਨਹੀਂ 432 ਦਿਨ ਵਧਾ ਦਿਓ ਦਿਨ ਲਿਖਦੇ ਨੇ ਆਪਾਂ ਲੱਗਦਾ 432 ਕੀ ਹੈ ਹੁੰਦਾ 1.5 ਸਾਲ ਹੈ ਉਹ ਅਸੀਂ ਕਿਉਂ ਵਧਾਈਏ ਕਹਿੰਦੇ ਜੀ ਕਿਸਾਨ ਅੰਦੋਲਨ ਨੂੰ ਮੈਂ ਕਿਹਾ ਮੋਦੀ ਨਾਲ ਗੱਲ ਕਰੋ ਉਹ ਕਾਨੂੰਨ ਅਸੀਂ ਥੋੜ੍ਹੀ ਵਧਾਏ ਬਣਾਈ ਸੀ ਕਹਿੰਦੇ ਜੀ ਕਰੋਨਾ ਕਰਕੇ ਸਾਨੂੰ ਘਾਟਾ ਮੈਂ ਕਰੋਨਾ ਕਰਕੇ ਇਕੱਲਾ ਤੁਹਾਡੇ 'ਤੇ ਕਰੋਨਾ ਆਇਆ ਸੀ ਸਾਰੀ ਦੁਨੀਆ ਦਾ ਘਾਟਾ ਪਿਆ ਉਦੋਂ ਉਹ ਐਕਟ ਆਫ ਗੋਡ ਸੀ ਅਸੀਂ ਵਧਾਉਂਦੇ ਆ ਤਾਂ ਚੱਕੋ ਪੋਰੀ ਬਿਸਤਰਾ ਨਹੀਂ ਤਾਂ ਕੱਲ੍ਹ ਨੂੰ FIR ਕਰਾਂਗੇ ਅਸੀਂ ਹੁਣ ਤੱਕ 14 ਟੋਲ ਪਲਾਜ਼ੇ ਬੰਦ ਕਰ ਚੁੱਕੇ ਤੁਸੀਂ ਕਿਸੇ ਨਾ ਕਿਸੇ ਟੋਲ ਪਲਾਜ਼ੇ ਤੋਂ ਲੰਘ ਕੇ ਆਏ ਹੋਵੋਗੇ ਜਿਹੜਾ ਬੰਦ ਪਿਆ ਮਾਘੇ ਪੁਰਾਣੇ ਵਾਲਾ ਬੰਦ ਕਰਤਾ ਇੱਧਰੋਂ ਆਪਣੇ ਉਹ ਫਿਰੋਜ਼ਪੁਰ ਤੋਂ ਜਲਾਲਾਬਾਦ ਵਾਲਾ ਵੀ ਬੰਦ ਹੋ ਗਿਆ ਇੱਧਰ ਜਿਹੜੇ ਬਲਾਚੌਰ ਕੋਲ ਸੀ ਉਹ ਵੀ ਬੰਦ ਹੋ ਗਏ ਸੋ ਹੈ ਜੀ ਪਹੀੜ ਵਾਲਾ ਬੰਦ ਹੋ ਗਿਆ ਅੱਗੇ ਸੰਗਰੂਰ ਧੂਰੀ ਵਾਲਾ ਬੰਦ ਹੋ ਗਿਆ ਸੋ ਕਾਰਨ ਕੀ ਹੈ ਬੰਦ ਇਹ ਪਹਿਲਾਂ ਵੀ ਹੋ ਸਕਦੇ ਸੀ ਪਰ ਉਹੀ ਤਾਂ ਗੱਲ ਫਿਰ ਟੋਲ ਪਲਾਜ਼ੇ ਮੂੰਹ ਮਲਾਜ਼ੇ ਉਹ ਰੱਖੇ ਹੋਏ ਸੀ ਇੱਥੋਂ ਲੁੱਟਿਆ ਜੀ ਫਿਰ ਪੰਜਾਬੀ ਕਿਉਂਕਿ ਆਪਾਂ ਕਿਹੜਾ ਪੁੱਛਦੇ ਹਾਂ ਬਾਈ ਜੀ ਕਿੰਨਾ ਚਿਰ ਚੱਲੂਗਾ ਇਹ ਮੈਂ ਪਾਰਲੀਮੈਂਟ 'ਚ ਵੀ ਗੱਲ ਉਠਾਈ ਸੀ ਕਿ ਜੇ ਲੋਕਾਂ ਨੇ ਸੜਕ 'ਤੇ ਹੀ ਰੈਂਟ ਜਿਹੜੀ ਸੜਕ ਹੈ ਉਹ ਰੈਂਟ 'ਤੇ ਹੀ ਲੈਣੀ ਹੈ ਸੜਕ ਕਿਰਾਏ 'ਤੇ ਲੈਂਦੇ ਹਾਂ ਆਪਾਂ 180 ਰੁਪਏ 24 ਘੰਟੇ ਦਿੱਤੀ ਉਹਨਾਂ ਨੇ ਜੇ ਅਸੀਂ ਸੜਕਾਂ ਕਿਰਾਏ 'ਤੇ ਲੈਣੀਆਂ ਨੇ ਫਿਰ ਜਦੋਂ ਅਸੀਂ ਗੱਡੀਆਂ ਖਰੀਦਦੇ ਹਾਂ ਉਦੋਂ 8-9% ਰੋਡ ਟੈਕਸ ਉਹ ਕਿਹੜੀਆਂ ਸੜਕਾਂ ਦਾ ਹੁੰਦਾ ਫਿਰ ਸਾਨੂੰ ਇਹ ਦੱਸੋ ਕੋਈ ਸੜਕ ਹੈਗੀ ਜਿਹੜੀ ਬਿਨਾਂ ਟੋਲ ਪਲਾਜ਼ੇ ਤੋਂ ਘੇਰ ਘੇਰ ਲਿਆਉਂਦੇ ਆਏ ਘੇਰ ਘੇਰ ਇੱਧਰ ਦੀ ਆਓ ਆਹ ਟੋਲ ਪਲਾਜ਼ਾ ਜਿਹੜਾ ਇੱਥੇ ਆ ਲਾਡੋ ਵਾਲਾ ਇਹ ਪਹਿਲਾਂ ਸਾਹਨੇ ਵਾਲਾ ਹੁੰਦਾ ਸੀ ਟੋਲ ਪਲਾਜ਼ੇ ਦੀ ਜਗ੍ਹਾ ਸ਼ਿਫਟ ਨਹੀਂ ਹੋ ਸਕਦੀ ਕਿਉਂ ਕੀਤਾ ਵੀ ਇੱਥੇ ਲਿਆ ਕੇ ਕਿਉਂਕਿ ਘੇਰ ਕੇ ਲਿਆਇਆ ਸਤਲੁਜ ਦੇ ਪੁਲ 'ਤੇ ਲਾਇਆ ਲੋਕ ਕਿਤੇ ਨਹੀਂ ਜਾ ਸਕਦੇ ਹੋਰ ਇੱਧਰ ਉੱਧਰ ਦੀ ਘੇਰ ਲਿਆ ਹਾਂ ਮੇਰੀ ਹਿੱਟ ਲਿਸਟ 'ਚ ਹੀ ਹੈ